ਜਾਂਦੇ ਆ ਜੀ ਇੱਥੇ ਪਿਟਸਬਰਗ ਅਤੇ ਟੈਂਪਾ ਦਾ ਮੁਕਾਬਲਾ ਸਿਡਨੀ ਕ੍ਰਾਸਬੀ ਮਹਾਨ ਖਿਡਾਰੀ ਤਾਂ ਇਹਨੂੰ ਕਿਉਂ ਦਿਖਾ ਰਹੇ ਆ ਇਹਨੇ ਕੁਝ ਕਰਨਾ ਹੋਣਾ ਇੱਥੇ ਆ ਕਿਆ ਪਾਸ ਦਿੱਤਾ ਰਸ ਨੇ ਕਰ ਗਿਆ ਗੋਲ 40ਵਾਂ ਸੀਜ਼ਨ ਦਾ ਸਿਡਨੀ ਕ੍ਰਾਸਬੀ ਕਿਆ ਪਾਤ ਜੀ ਇੰਨੀ ਵਧੀਆ ਪਾਸ ਡਿਫੈਂਸਮੈਨ ਨੂੰ ਖਿਲਾਰ ਦਿੱਤਾ ਤੇ ਖੁੱਲਾ ਨੈਟ ਇੱਥੇ ਸਿਡਨੀ ਕ੍ਰਾਸਬੀ ਲਈ ਪਹਿਲਾ ਗੋਲ ਮੈਚ ਦਾ ਕਰ ਗਏ ਆ ਤਾਂ ਵਧੀਆ ਗੋਲ ਸੀ ਆ ਕਾਸ਼ ਇਹ ਗੋਲ ਹੋ ਜਾਂਦਾ ਆ ਦੇਖਿਓ ਰੀਪਲੇ ਕਿਆ ਟਿਪ ਕੀਤਾ ਕ੍ਰਾਸਬੀ ਪਰ ਸੜੀ ਚ ਵੱਜਿਆ ਇਹ ਤਾਂ ਸਭ ਤੋਂ ਵਧੀਆ ਗੋਲ ਸੀਜ਼ਨ ਦਾ ਹੋਣਾ ਸੀਗਾ ਕਮਾਲ ਦੀ ਖੇਡ ਸਿਡਨੀ ਕ੍ਰਾਸਬੀ ਹਾਲੇ ਇੱਥੇ ਮੁਕਾਬਲਾ 3-1 ਚੱਲਦਾ ਸੀ ਤਾਂ ਯਵਗੇਨੀ ਮੈਲਕਿਨ ਕਰ ਗਿਆ ਗੋਲ ਜੀਨੋ ਮੈਲਕਿਨ ਦੂਜਾ ਗੋਲ ਮੈਚ ਦਾ 25ਵਾਂ ਗੋਲ ਸੀਜ਼ਨ ਦਾ ਤੇ ਕਰ ਗਿਆ ਸਕੋਰ 3-1 ਤਾਂ ਇੱਥੇ ਦੇਖ ਲਓ ਮਾਤਾ ਪਿਤਾ ਕਰਾਊਡ ਦੇ ਵਿੱਚ ਤੇ ਬੜੇ ਖੁਸ਼ ਲੱਗਦੇ ਸੀ ਪਰ ਇੱਥੇ ਅਸੀਂ ਦੇਖਦੇ ਹਾਂ ਹੁਣ ਬੜੀ ਗੰਭੀਰ ਸੱਟ ਸਟੀਵ ਖੋਜ਼ਾਰੀ ਜੋ ਕਿ ਰੈਫਰੀ ਆ ਉਹ ਵਜਿਆ ਹੇਡਨ ਫਲੋਰੀ ਦੇ ਨਾਲ ਤਾਂ ਦੇਖਿਓ ਸਿਰ ਕਿੱਦਾਂ ਆਈਸ ਖੇਡ ਮੈਦਾਨ 'ਤੇ ਲੱਗਣਾ ਆ ਤਾਂ ਇਹ ਗੰਭੀਰ ਸੱਟ ਲੱਗੀ ਸੀ ਇਹਨਾਂ ਨੂੰ ਸਟ੍ਰੈਚਰ 'ਤੇ ਪਾ ਕੇ ਹੋਸਪਿਟਲ ਲੈ ਕੇ ਗਏ ਸੀ ਸੋ ਉੱਦਾਂ ਕਹਿੰਦੇ ਸਭ ਕੁਝ ਠੀਕ ਠਾਕ ਆ ਹੇਡਨ ਫਲੋਰੀ ਦੇ ਵਿੱਚ ਸੱਟ ਲੱਗੀ ਸੀ ਸੋ ਇਹ ਬੜੀ ਗੰਭੀਰ ਸੱਟ ਸੀ ਪਰ ਖੋਜ਼ਾਰੀ ਸਾਹਿਬ ਠੀਕ ਹੈਗੇ ਆ ਤਾਂ ਆਹ ਦੇਖਿਓ 3-4 ਮੁਕਾਬਲਾ ਚੱਲ ਰਿਹਾ ਸੀ ਤਾਂ ਸਟੀਵਨ ਸਟੈਮਕੋਸ ਕਰ ਗਿਆ ਗੋਲ 36 ਗੋਲ ਕਰ ਚੁੱਕਾ ਸਟੈਮਕੋਸ ਖੜਾ ਆਪਣੀ ਜਗ੍ਹਾ ਦੇ ਉੱਤੇ ਤੇ ਖਿੱਚਵਾ ਨਿਸ਼ਾਨਾ ਤਾਂ ਜਿੱਤਵਾ ਗੋਲ ਕਿਹਨੇ ਕਰਨਾ ਮਾਈਕਲ ਬੰਟਿੰਗ ਜਿੱਤ ਗਏ ਜੀ ਪਿਟਸਬਰਗ ਪੈਂਗਵਿਨਸ ਹਾਂਜੀ ਮਾਈਕਲ ਬੰਟਿੰਗ 18ਵਾਂ ਗੋਲ ਸੀਜ਼ਨ ਦਾ ਅਸਿਸਟ ਮਿਲੇ ਕਾਰਲਸਨ ਅਤੇ ਮਾਲਕਿਨ ਨੂੰ ਤਾਂ ਜਿੱਤ ਗਏ ਜੀ ਪਿਟਸਬਰਗ ਪੈਂਗਵਿਨਸ ਹਾਲੇ ਵੀ ਜੀ ਨੇ ਪਲੇਆਫਸ ਵਿੱਚ ਪਲੇਆਫ ਸਪੋਰਟ ਦੇ ਵਿੱਚ